ਕਿੱਥੇ ਜਾ ਰਹੇ ਹੋ? ਆਪਾਂ ਚੱਲੇ ਗਏ ਟ੍ਰਿਪ ਤੇ, ਤੁਹਾਨੂੰ ਕਿਹਾ ਨਾ ਇੱਕ ਪਹਾੜੀ ਲੈ ਕੇ ਟ੍ਰਿਪ ਆਣੀ ਹੈ। ਅਫਸੋਸ ਦੀ ਗੱਲ ਉਹ ਟ੍ਰਿਪ ਦੇ ਵਿੱਚ ਇਹ ਨਹੀਂ ਹੈਗਾ, ਉਹ ਟ੍ਰਿਪ ਦੇ ਵਿੱਚ ਮੈਂ ਕਮਲ ਰਾਇਲ ਤੇ ਕਾਕਾ ਮਗਾਏ। ਇੱਕ ਪੰਜਵਾਂ ਹੋਰ ਹੋ ਸਕਦਾ, ਪੰਜਵਾਂ ਹੋਰ ਹੋ ਸਕਦਾ, ਉਹ ਦੇਖਾਂਗੇ ਮੌਕੇ ਤੇ ਕੌਣ ਹੁੰਦਾ ਕੌਣ ਨਹੀਂ। ਫਿਲਹਾਲ ਹੁਣ ਆਪਾਂ ਜਾ ਰਹੇ ਹੈਗੇ ਲੁਧਿਆਣੇ, ਤੇ ਆਪਾਂ ਹੁਣ ਲੁਧਿਆਣੇ ਜਾ ਰਹੇ ਹੈਗੇ, ਲੁਧਿਆਣੇ ਜਾਵਾਂਗੇ। ਸਟੋਕ ਮੇਰਾ ਪਿੱਛੇ ਪਿਆ ਵਾ, ਮੈਂ ਐਕਸਚੇਂਜ ਕਰਾਉਣਾ ਵਾ ਕਿਉਂਕਿ ਮੇਰੇ ਕੋਲ ਐਮ ਸਾਈਜ਼ ਜ਼ਿਆਦਾ ਗਿਆ ਸੀਗਾ, ਸੋ ਮੈਂ ਉਹ ਸਾਰਾ ਸਟੋਕ ਐਕਸਚੇਂਜ ਕਰਾਉਣਾ ਵਾ। ਦੈਨ ਉਸ ਤੋਂ ਬਾਅਦ ਨਵਾਂ ਫੈਬਰਿਕ ਜਾਂ ਨਵੀਂ ਕੁਆਲਿਟੀ ਕੁਛ ਵਧੀਆ ਮਿਲੂਗਾ ਤਾਂ ਉਹ ਸਾਰਾ ਸਮਾਨ ਲੈ ਕੇ ਆਵਾਂਗਾ, ਠੀਕ ਹੈ ਜੀ? ਅਤੇ ਬਾਕੀ ਕਿੱਦਾਂ ਲੱਗ ਰਿਹਾ ਘਰ ਬਹਿ ਕੇ? ਘਰ ਘਰ ਬਹਿ ਕੇ ਤੁਹਾਡੇ ਸਾਹਮਣੇ ਰੂਬਰੂ ਹੋ ਗਏ ਨੇ, ਇੰਨੀ ਗੱਲ ਕਹੀ ਹੈ, ਚਲੋ ਠੀਕ ਹੈ, ਨਹੀਂ ਜਾਂ ਤਾਂ ਨਾ ਜਾਏ, ਆਪਣੇ ਘਰ ਭਰਾਵਾ ਖੁਸ਼ ਰਹੇ। ਬਸ ਇੰਨਾ ਇੱਕ ਟ੍ਰਿਪ ਤੇ ਜਾਣਾ ਤੁਹਾਡੇ ਨਾਲ, ਜਿਹੜੀ ਤੁਸੀਂ ਦੂਰ ਜੀ ਲਾਓਗੇ। ਸਹੀ ਗੱਲ, ਦੂਰ ਜੀ ਆਪਾਂ ਇੱਦਾਂ ਕਰਦੇ ਹਾਂ, ਆਪਾਂ ਪਾਕਿਸਤਾਨ ਦਾ ਗੇੜਾ ਲਾਉਂਦੇ ਹਾਂ। ਨਹੀਂ ਜੇ ਪਾਕਿਸਤਾਨ ਚਲੇ ਗਏ ਫਿਰ ਕਿਤੇ ਹੋਰ ਨਹੀਂ ਜਾ ਸਕਦੇ। ਇਹ ਵੀ ਗੱਲ ਹੈਗੀ ਹੈ। ਸੋ ਜਿੰਨੇ ਵੀ ਮੇਰੇ ਪਾਕਿਸਤਾਨ ਸਬਸਕ੍ਰਾਈਬਰ ਦੇਖਦੇ ਨੇ ਮੈਨੂੰ, ਮੈਂ ਜੇ ਪਾਕਿਸਤਾਨ ਆ ਵੀ ਜਾਵਾਂ ਤੇ ਫਿਰ ਉਸ ਤੋਂ ਬਾਅਦ ਏਦਾਂ ਦਾ ਕੋਈ ਸੀਨ ਹੋਵੇ ਕਿ ਮੈਂ ਹੋਰ ਕਿਤੇ ਵੀ ਜਾਣਾ ਹੋਏ ਤੇ ਮੈਨੂੰ ਉਹ ਨਾ ਹੋ ਵੀਜ਼ਾ ਨਹੀਂ ਲੱਗਣਾ ਹੋਰ ਕਿਤੇ, ਫਿਰ ਇਹ ਚੀਜ਼ ਕਰੋ, ਇਹਨੂੰ ਠੀਕ ਕਰੋ। ਜੇ ਚੀਜ਼ ਠੀਕ ਹੋ ਗਈ ਨਾ ਫਿਰ ਮੈਂ ਪਾਕਿਸਤਾਨ ਪੱਕਾ ਆ ਗਿਆ। ਕਰ ਸਕਦਾ ਮੋਦੀ, ਕਰ ਸਕਦਾ ਮੋਦੀ ਜੀ ਨੂੰ ਕਰੀਏ ਫਿਰ ਰਿਕੁਐਸਟ, ਕਰਨੀ ਪੈਣੀ ਹੈ ਕਿਉਂਕਿ ਦੇਖੋ ਯਾਰ ਪਾਕਿਸਤਾਨ ਤੋਂ ਵੀ ਮੈਨੂੰ ਲੋਕ ਜਾਣਦੇ ਆ, ਪਾਕਿਸਤਾਨ ਤੋਂ ਮੈਨੂੰ ਪਿਆਰ ਦਿੰਦੇ ਨੇ, ਅਤੇ ਇਨਸ਼ਾਅੱਲਾ ਮੈਂ ਤੁਹਾਡੇ ਸਾਰਿਆਂ ਨਾਲ ਰੂਬਰੂ ਆਉਣਾ ਚਾਹੁੰਦਾ, ਮੈਂ ਤੁਹਾਨੂੰ ਆਪਣਾ ਟਾਈਮ ਦੇਣਾ ਚਾਹੁੰਦਾ ਹਾਂ ਮੇਰੇ ਵੀਰ। ਮੱਥਾ ਟੇਕ ਲਓ, ਮੱਥਾ ਟੇਕ ਲਓ, ਮੱਥਾ ਟੇਕ ਲਓ, ਜੈ ਸ਼ਿਵ ਸ਼ੰਕਰ, ਜੈ ਭੋਲੇ। ਹਾਂਜੀ, ਸੋ ਇਹ ਹੁਣ ਆਪਾਂ ਜਾ ਰਹੇ ਲੁਧਿਆਣੇ, ਥੋੜ੍ਹਾ ਜਿਹਾ ਰਹਿ ਗਿਆ ਬਸ, 13 ਕਿਲੋਮੀਟਰ, 13 ਕਿਲੋਮੀਟਰ ਰਹਿ ਗਿਆ। ਸੋਹਾ ਸਾਰੇ ਪਾਸੇ ਚੁੱਕੇ ਗਏ ਸੀ ਜਿਹੜੇ ਵਲੌਗ ਦੇਖਣੇ ਨਾ, ਵਲੌਗ ਦੇਖ ਕੇ ਮੈਨੂੰ ਨਹੀਂ ਪਤਾ ਤੁਹਾਨੂੰ ਮਜ਼ਾ ਆਉਣਾ ਕਿ ਨਹੀਂ ਆਉਣਾ। ਸੜਨਾ ਬਹੁਤ ਗਈਆਂ ਲੋਕਾਂ ਨੇ, ਪਾਲਮਪੁਰ ਬਹੁਤ ਸੋਹਣਾ, ਨਾਲ ਚੱਲ ਪਾ ਭਰਾਵਾ ਤੁਹਾਨੂੰ ਤਾਂ ਗਿਆ ਗੱਡੀ 'ਚ, ਹਾਂ ਪੇਪਰ ਆ ਗਿਆ, ਪੇਪਰ ਆਇਆ ਇਸ ਸਾਲ ਵੀ ਆ, ਪਰਸੋਂ ਵੀ ਆ, ਪਰਸੋਂ ਵੀ ਆ। ਚਲੋ ਕੋਈ ਗੱਲ ਨਹੀਂ ਯਾਰ, ਬੈਟਰ ਦਾ ਨੈਕਸਟ ਟਾਈਮ ਬ੍ਰਦਰ, ਅਤੇ ਨਵਾਂ ਜੋ ਵੀ ਸਟੋਕ ਆਏਗਾ ਉਹ ਵੀ ਤੁਹਾਨੂੰ ਦਿਖਾਵਾਂਗੇ, ਠੀਕ ਹੈ? ਅਤੇ ਫਿਰ ਆਪਾਂ ਉਸ ਤੋਂ ਬਾਅਦ ਸਾਰਾ ਬੈਗ ਪੈਕ ਕਰਨਾ ਵਾ ਅਤੇ ਜਾਣਾ ਵਾ ਆਪਾਂ ਸਿੱਧਾ ਪਾਲਮਪੁਰ, ਪਾਲਮਪੁਰ ਵਾਲੀ ਸਾਈਡ। ਦੈਨ ਉਸ ਤੋਂ ਅੱਗੇ ਇੱਕ ਹੋਰ ਹੈਗੀ, ਕਿਹੜੀ ਕਿਹੜਾ ਟਰੈਕ ਹੈ, ਹਿਮਾਨੀ ਚਮੁੰਡਾ, ਹਿਮਾਨੀ ਚਮੁੰਡਾ ਟਰੈਕ, ਉੱਥੇ ਜਾਣਾ ਵਾ ਆਪਾਂ। ਸੋ ਜੋ ਵੀ ਪਲੈਨਿੰਗ ਹੋਏਗੀ, ਜੋ ਵੀ ਹੋਏਗਾ, ਸਭ ਕੁਝ ਤੁਹਾਨੂੰ ਦੱਸਦੇ, ਨਿਕਲਣਾ ਪਰ ਅੱਜ ਰਾਤੀ ਹੈ ਅਤੇ ਤੁਹਾਨੂੰ ਆਪਾਂ ਟੋਲ ਪਲਾਜ਼ੇ ਦੇ ਕੋਲ ਪਹੁੰਚ ਗਏ, ਟੋਲ ਕਟਾਈਏ, ਦੈਨ ਉਸ ਤੋਂ ਬਾਅਦ ਅੱਗੇ ਜਿੱਦਾਂ ਹੀ ਲੁਧਿਆਣਾ ਐਂਟਰ ਕਰਦੇ ਫਿਰ ਤੁਹਾਨੂੰ ਮਿਲਦੇ। ਗਾਇਜ਼ ਫਾਈਨਲੀ ਨਵਾਂ ਸਟੋਕ ਆ ਗਿਆ ਵਾ, ਇਹ ਆਪਾਂ ਕਰਾ ਲਿਆ ਪੈਕ, ਇਹ ਫਾਈਨਲੀ ਯਾਰ, 2 ਘੰਟੇ 2 ਘੰਟੇ ਦੀ ਮਿਹਨਤ ਸੀਗੀ ਬਸ, ਅਤੇ ਹੁਣ ਬਸ ਕੁਛ ਨਹੀਂ, ਚਲੀਏ ਆਪਾਂ ਜਲੰਧਰ, ਨਵਾਂ ਆਰਟੀਕਲ ਜਿਹੜਾ ਹੈਗਾ ਨਾ, ਪਾਣੀ ਵੀ ਨਵਾਂ, ਚਲੋ ਅਤੇ ਜਿਹੜਾ ਨਵਾਂ ਆਰਟੀਕਲ ਆ ਸਾਰਾ
ਇਹ ਹੋਪਫੁਲੀ ਮੈਂ ਤੁਹਾਨੂੰ ਸਾਰਾ ਇਹੀ ਵਲੌਗ ਦੇ ਵਿੱਚ ਦਿਖਾ ਦਾਂ ਅਤੇ ਬਾਕੀ ਯਾਰ ਮਿਹਨਤ ਤਗੜਾ ਮਿਹਨਤ ਹਰ ਇੱਕ ਕੰਮ ਦੇ ਵਿੱਚ ਹੈਗੀ ਇੰਨਾ ਪਤਾ ਲੱਗ ਗਿਆ। ਸੋ ਫਿਲਹਾਲ ਹੁਣ ਮੈਂ ਫਟਾਫਟ ਪਾਣੀ ਦੀ ਬੋਤਲ ਲਵਾਂ ਫਿਰ ਗੱਡੀ 'ਚ ਬਹਿ ਕੇ ਤੁਹਾਨੂੰ ਮਿਲਦਾ, ਠੀਕ ਹੈ? ਐਡਾ ਤੂੰ ਸਨੈਪਚੈਟ ਰਹਿ, ਐਡਾ ਤੂੰ ਸਨੈਪ। ਸੋ ਗਾਈਜ਼ ਆਪਾਂ ਰੁਕੇ ਸੀਗੇ ਕਿਤੇ ਅਤੇ ਖਾਧਾ ਕੁਛ ਨਹੀਂ ਹੈਗਾ ਯਾਰ, ਇਸ ਕਰਕੇ ਛੋਲੇ ਸਮੋਸੇ ਖਾਣ ਲੱਗੇ ਹਾਂ, ਨਾਲ ਇਹਦੇ ਕੋਲਡ ਡਰਿੰਕ ਪਾਣੀ ਦੀ ਬੋਤਲ ਅਤੇ ਡਰਾਈਵਰ ਭਾਈ ਸਾਹਿਬ ਸਾਡੇ ਹੋਰ ਹੈ ਅਤੇ ਹੁਣ ਆਪਾਂ ਇਹਨੂੰ ਖਾ ਲਈਏ ਪਹਿਲਾਂ, ਭੁੱਖ ਬੜੀ ਲੱਗ ਰਹੀ ਹੈ ਫਿਰ ਸਿੱਧਾ ਤੁਹਾਨੂੰ ਜਲੰਧਰ ਜਾ ਕੇ ਮਿਲਦੇ। ਭੁੱਖ ਲੱਗ ਰਹੀ ਮੈਨੂੰ, ਬਿਲਕੁਲ ਭੁੱਖ ਲੱਗ ਰਹੀ। ਹਾਂ ਜਿੱਦਾਂ ਤੂੰ ਸਨੈਪਚੈਟਾਂ ਪਾ ਰਿਹਾ ਨਾ, ਪਤਾ ਮੈਨੂੰ ਤੇਰਾ। ਹੈਲੋ ਭਾਈ, ਆਪਣੇ ਆਪਣੇ ਜੋਗੀ ਨਹੀਂ ਮੰਗਾਈ ਤੀ? ਕਿਉਂ ਕਿਹਾ ਉਹਨੂੰ? ਤਿੰਨ ਕਿਹਾ, ਤਿੰਨ ਕਿਹਾ ਮੈਂ ਉਹਨੂੰ। ਆ ਫੜੋ ਭਾਈ ਕੋਲਡ ਡਰਿੰਕ ਤਬੀਓ। ਸੋ ਗਾਈਜ਼ ਹੁਣ ਖਾ ਪੀ ਲਈਏ ਫਿਰ ਤੁਹਾਨੂੰ ਮਿਲਦੇ ਹਾਂ। ਸੋ ਗਾਈਜ਼ ਫਾਈਨਲੀ ਮੈਂ ਘਰ ਆ ਗਿਆ ਸਾਰਾ ਸਮਾਨ ਲੈ ਕੇ ਅਤੇ ਮੇਰਾ ਟੱਬਰ ਇੱਥੇ ਆ। ਕਿਆ ਬਾਤ ਆ, ਕਿਆ ਬਾਤ ਆ। ਹਾਏ ਗਾਈਜ਼, ਕਿੱਦਾਂ ਯਾਰ ਮਿਸ ਕੀਤਾ ਮੈਨੂੰ? ਨਹੀਂ ਹਾਂ, ਕੁਛ ਖਾ ਪਹਿਲਾਂ। ਬੂਥੀ ਕੀ ਬਣਾਈ ਦੀ? ਕੀ ਬਣਾਈ ਦੀ ਗਾਈਜ਼? ਬੂਥੀ ਕੀ ਬਣਾਈ ਦੀ ਗਾਈਜ਼? ਹੁਣ ਮੈਂ ਕੀ ਕਰਾਂ, 2 ਵਜੇ ਦਾ ਨਿਕਲਿਆ ਹੋਇਆ ਟਾਈਮ, ਤੁਸੀਂ ਦੇਖ ਸਕਦੇ ਹੋ 7 ਵੱਜ ਗਿਆ ਹੈ ਬਾਬੂ। ਤਰ ਸਾਤਾ ਤੁਮੇ ਮੁਝੇ ਪੇ, ਓਕੇ ਬਾਬੂ। ਸੋ ਗਾਈਜ਼ ਹੁਣ ਇਹ ਸਾਰਾ ਸਮਾਨ ਮੈਂ ਰੱਖਾਂ ਕਿਤੇ ਹੋਰ। ਇਹ ਸਾਰਾ ਸਮਾਨ ਮੈਂ ਓਪਨ ਕਰਕੇ ਹਜੇ ਤਾਂ ਨਹੀਂ ਦਿਖਾ ਰਿਹਾ ਕਿਉਂਕਿ ਹੁਣ ਖਲਾਰਾ ਪੈ ਜਾਣਾ ਅਤੇ 8 ਵਜੇ ਮੈਂ ਨਿਕਲਣਾ ਵਾਂ ਅਤੇ ਹਜੇ ਮੇਰੀ ਕੋਈ ਪੈਕਿੰਗ ਨਹੀਂ ਹੈਗੀ, ਕੋਈ ਤਿਆਰੀ ਨਹੀਂ ਹੈਗੀ ਅਤੇ ਆਪਾਂ ਚੱਲੇ ਕਿੱਥੇ ਆ ਇਹ ਤਾਂ ਤੁਹਾਨੂੰ ਦੇਖੋ ਯਾਰ ਆਉਣ ਵਾਲੇ ਵਲੌਗਸ ਦੇ ਵਿੱਚ ਹੀ ਪਤਾ ਲੱਗੇਗਾ ਕਿ ਟ੍ਰਿਪ ਹੈਗੀ ਕਿੱਥੋਂ ਦੀ ਹੈ। ਸੋ ਮੇਰੇ ਬਾਲਾਂ ਨੂੰ ਵੀ ਇਗਨੋਰ ਕਰੀਓ। ਸੋ ਇਹ ਫਰੂਟਸ ਲੈ ਕੇ ਆਉਂ, ਗਿਫਟ ਮਿਲਿਆ ਮੇਰੇ ਕੋਲ, ਬਹੁਤ ਮੇਰੇ ਬਹੁਤ ਚਾਹੁੰਦੇ ਵਾਲੇ ਨੇ ਗਿਫਟ ਮਿਲਿਆ, ਫਰੂਟਸ ਆਏ, ਮੈਂ ਨਹੀਂ ਲੈ ਕੇ ਆਇਆ, ਤੇਰੀ ਕਸਮ। ਯੈਸ, ਉਹਨਾਂ ਨੇ ਦੀਏ। ਉਹਨਾਂ ਨੇ ਕਿੱਧਰ ਜਾ ਰਹੇ ਹੋ? ਹੈ, ਮੈਂ ਜਾ ਰਹਾ ਹਾਂ ਕਹੀਂ ਘੁੰਮਣੇ। ਕਿੱਧਰ ਜਾ ਰਹੇ ਹੋ? ਮੈਂ ਨਹੀਂ ਜਾ ਰਿਹਾ। ਚਮੁੰਡਾ ਟ੍ਰੈਕ ਸੋ ਬਾਤ ਹੈ, ਕੋਈ ਗੱਲ ਨਹੀਂ ਗਾਈਸ। ਫਿਲਹਾਲ ਹੁਣ ਮੈਂ ਮਿਲਦਾ ਤੁਹਾਨੂੰ ਥੋੜ੍ਹੀ ਜਿਹੀ, ਕੱਪੜੇ ਵਗੈਰਾ ਚੇਂਜ ਕਰਨਾ, ਪੈਕਿੰਗ ਵਗੈਰਾ ਵੀ ਕਰਨੀ ਹੈ, ਰਾਈਟ? ਸੋ ਗਾਈਸ, ਕੱਪੜੇ ਵਗੈਰਾ ਉਤਾਰ ਕੇ ਹੁਣ ਮੈਂ ਥੋੜ੍ਹਾ ਜਿਹਾ ਰਿਲੈਕਸ ਫੀਲ ਕਰ ਰਿਹਾ। ਹੁਣ ਜਿਹੜੀ ਮੈਂ ਆਪਣੀ ਪੈਕਿੰਗ ਕਰਨੀ ਆ ਉਹ ਮੈਂ ਫਟਾਫਟ ਕਰਾਂ ਅਤੇ ਹੁਣ ਮੈਂ ਅਗਲਾ ਵਲੋਗ ਜਿਹੜਾ ਹੋਏਗਾ ਉਹ ਐਪੀਸੋਡ ਦੇ ਦੌਰਾਨ ਹੀ ਹੋਏਗਾ, ਜਿਹਨਾਂ ਜਿਹਨਾਂ ਵਲੋਗ ਬਣੇਗਾ ਮੈਂ ਬਸ ਕੱਟੀ ਜਾਣਾ ਪਾਈ ਜਾਣਾ, ਕੱਟੀ ਜਾਣਾ ਪਾਈ ਜਾਣਾ। ਆਈ ਨੋ ਇਹ ਵਲੋਗ ਛੋਟਾ ਸੀਗਾ ਬਟ ਮੈਂ ਯਾਰ ਸਵੇਰ ਦਾ ਅੱਜ ਬਿਜ਼ੀ ਸੀਗਾ, ਕੰਮ ਕੀਤਾ ਸੀਗਾ ਅਤੇ ਹੁਣ ਆਉਂਦੇ ਹੀ ਬਸ ਹਜੇ ਮੈਨੂੰ ਅੱਧਾ ਘੰਟਾ ਵੀ ਨਹੀਂ ਹੋਇਆ, ਨੀਅਰ ਅਬਾਊਟ 20 ਮਿੰਟ ਹੀ ਹੋਇਆ। ਹੁਣ ਮੈਂ ਫਟਾਫਟ ਪੈਕਿੰਗ ਕਰਨ ਲੱਗਾ ਆਪਣੀ ਅਤੇ ਜਿੱਦਾਂ ਮੇਰੀ ਪੈਕਿੰਗ ਵਗੈਰਾ ਹੋ ਜਾਂਦੀ ਆ ਫਿਰ ਤੁਹਾਨੂੰ ਨੈਕਸਟ ਵਲੋਗ ਦੇ ਨਾਲ ਮਿਲਦਾ ਵਾ, ਠੀਕ ਹੈ? ਸੋ ਮਿਲਦੇ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ, ਧਿਆਨ ਰੱਖੋ ਸਾਰੀ ਜਣੇ ਆਪਣਾ ਅਤੇ ਟ੍ਰੈਵਲ ਵਲੌਗ। ਲੋਗ ਨਏ ਹੋ ਤੋ ਸਬਸਕ੍ਰਾਈਬ ਕਰੋ, ਵੋ ਜੋ ਲਾਲ ਵਾਲਾ ਬਟਨ ਹੈ ਉਸ ਪੇ ਫੂਟ ਫੇਂਕ ਕੇ ਮਾਰੋ ਜਾਂ ਫਿਰ ਮੋਮਬੱਤੀ, ਮੁਝੇ ਨਹੀਂ ਪਤਾ, ਬਸ ਕਲਿੱਕ ਹੋ ਜਾਣਾ ਚਾਹੀਏ। ਅਬ ਮੈਂ ਵੀ ਜਾ ਰਹਾ ਹੂੰ, ਮੁਝੇ ਪੈਸੋ ਕੇ ਪੀਛੇ ਭਾਗਨਾ ਹੈ। ਬਾਏ।